सतनाम श्री वाहे गुरु साहिब जी ऐसो शोर जगत में पयो ऐसो शोर जगत में पयो लखपत राय लाहौर दे नवाब दा वजीर दीवान अपने भरा दी मौत दा बदला लैण वास्ते प्राण करके खालसे नूं मुकाउण दा जतन करदा है। शहर वासियां नूं गुरु दे नाम वल्लों हटा के गुड़ वल्लों हटा के गुरु नानक दी बाणी नूं पढ़न दा होका दवा के बहुत भारी लश्कर की तैयारी करता है जिहदे विच कई प्रकार की फौज नूं चुनिया गया हाथियां वाली फौज घोड़ियां वाली फौज रथ वाली फौज तीर कमान वाली फौज नेजियां वाली फौज गोलियां चलाउण वाली फौज तलवार चलाउण वाली फौज पाबंद फौज नूं तैयार करवाया ते लाहौर दे नवाब जहिया खां उन्हें भी वख वख इलाकियां विच हुक्म भेज दिता ताड़ना करके कि मेरे दीवान लखपत की मदद की जाए इन्हें सिखा नूं मुकाउणा है इहदी हरेक प्रकार तो मदद की जाए तो जे किसी ने मदद ना की जा फलाने पिंड इलाके नगर विच किसी घर दे विच कोई सिख छुपिया रह गया तो मैं उन्हू छड़ांगा नहीं उस पिंड नू उजाड़ देवांगा उन्हू भी मार देवांगा। आप लखपत राय सारी फौज की अगवाई करता है सारी फौज नू नाल लैंदा है अते आप हाथी ते सवार हो गया। जदों लाहौर तो तुरिया अते लाहौर वासियां ने जगत विच यह रौला पै गया ऐसो शोर जगत में भयो ऐसा शोर ऐसा रौला पूरे जगत दे विच पै गया। अबे खालसो लुकन ना दयो ये रौला पै गया जगत विच जगत दे लोक दुनिया दे लोक पिंडा नगरां दे लोक आपस विच गल्लां करदे हन अबे खालसो लुकण ना दयो अगे ते खालसा जंगलां दे विच बेलियां झल्लां दे विच रेतले मैदान विच जा के लोक के गुजारा कर लैंदा सी जीवन दा निर्वाह चला लैंदा सी पर इस वार लखपत राय ने प्रण किया है कि सिखा दा नामो निशान मिटाउणा है हुण सिखा दा लुकना औखा है हुण खालसा किते भी लुक नहीं सकता क्योंकि इस वार लखपत राय ने पूरी तैयारी करके सिखा नूं मुकाउण दा प्रण किया है। इह तो खालस छड्डे ना बीज क्योंकि लखपत राय ने हुण खालसे दा बीज छड्डना नहीं है बाकि पूरे दा पूरा खालसा तबाह करके रख देवेगा खालसे दा नामो निशान ही मिटा के रख देवेगा। भाई बैर लैण चढ़िओ खीज भरा दा बैर लैण वास्ते भरा दा बदला लैण वास्ते खिज के ਇਹ ਸਿੱਖਾਂ ਤੇ ਇਹਨੇ ਚੜ੍ਹਾਈ ਕੀਤੀ ਹੈ। ਜੈਸੇ ਆਂਦੀ ਪਾਤ ਉਡਾਵੇ ਜੈਸੇ ਆਂਦੀ ਪਾਤ ਉਡਾਵੇ ਭਾਈ ਰਤਨ ਸਿੰਘ ਜੀ ਕਹਿੰਦੇ ਹਨ ਜਦੋਂ ਨੇਰੀ ਆਉਂਦੀ ਹੈ ਤਾਂ ਨੇਰੀ ਦੇ ਅੱਗੇ ਜੋ ਕੁਝ ਆਉਂਦਾ ਉਹਨੂੰ ਉਡਾ ਕੇ ਰੱਖ ਦਿੰਦੀ ਹੈ ਪੱਤੇ ਆਉਣ ਪੱਤਿਆਂ ਨੂੰ ਉਡਾ ਕੇ ਰੱਖ ਦਿੰਦੀ ਹੈ। ਇਸ ਤਰੀਕੇ ਦੇ ਨਾਲ ਜਿਵੇਂ ਹਨੇਰੀ ਪੱਤਿਆਂ ਨੂੰ ਨਹੀਂ ਛੱਡਦੀ ਇਹ ਲਖਪਤ ਰਾਏ ਫੌਜ ਰੂਪੀ ਹਨੇਰੀ ਨੂੰ ਲੈ ਕੇ ਤੁਰਿਆ ਹੈ ਤੇ ਪ੍ਰਣ ਕੀਤਾ ਹੈ ਕਿ ਹੁਣ ਸਿੱਖ ਰੂਪੀ ਪੱਤਿਆਂ ਨੂੰ ਛੱਡਾਂਗਾ ਨਹੀਂ ਜਿਵੇਂ ਹਨੇਰੀ ਪੱਤਿਆਂ ਨੂੰ ਉਡਾ ਕੇ ਨਾਸ਼ ਕਰ ਦਿੰਦੀ ਹੈ ਉਵੇਂ ਲਖਪਤ ਵੀ ਸਿੱਖਾਂ ਨੂੰ ਨਾਸ਼ ਕਰ ਦੇਵੇਗਾ। ਐਸੋ ਖਾਲਸੋ ਆਕੇ ਧਾਵੇ ਤੇ ਇੱਧਰ ਦੂਸਰੇ ਬੰਨੇ ਖਾਲਸਾ ਜੰਗਲਾਂ ਬੇਲਿਆਂ ਦੇ ਵਿੱਚ ਗੁਜ਼ਾਰਾ ਕਰ ਰਿਹਾ ਹੈ
ਜੰਗਲਾਂ ਬੇਲਿਆਂ ਦੇ ਵਿੱਚ ਜੀਵਨ ਜੀਵਨ ਗੁਜ਼ਾਰ ਰਿਹਾ ਹੈ ਤੇ ਖਬਰ ਮਿਲ ਗਈ ਖਾਲਸੇ ਨੂੰ ਕਿ ਲਖਪਤ ਰਾਏ ਆਪਣੇ ਭਰਾ ਦਾ ਬਦਲਾ ਲੈਣ ਵਾਸਤੇ ਪ੍ਰਣ ਕਰਕੇ ਤੁਰਿਆ ਹੈ ਖਾਲਸੇ ਨੂੰ ਮੁਕਾਉਣ ਵਾਸਤੇ ਤੇ ਖਾਲਸੇ ਨੇ ਫਿਰ ਫੈਸਲਾ ਕੀਤਾ ਕਿ ਪਹਿਲਾਂ ਤੇ ਇੱਕ ਜਗ੍ਹਾ ਤੇ ਇਕੱਠਿਆ ਹੋਇਆ ਜਾਵੇ ਇਕੱਠਿਆ ਹੋ ਕੇ ਕੋਈ ਨਾ ਕੋਈ ਜਿਹੜਾ ਵਿਚਾਰ ਵਟਾਂਦਰਾ ਕੀਤਾ ਜਾਵੇ ਕਿ ਇਸ ਆ ਰਹੀ ਆਂਧੀ ਦਾ ਕਿਵੇਂ ਮੁਕਾਬਲਾ ਕਰਨਾ ਹੈ ਜਾਂ ਇਹ ਤੋਂ ਕਿਵੇਂ ਬਚਣਾ ਹੈ ਜਾਂ ਕਿਵੇਂ ਇਹਨਾਂ ਨੂੰ ਹਰਾਉਣਾ ਹੈ। ਇਸ ਵਾਸਤੇ ਖਾਲਸਾ ਪਹਿਲਾਂ ਜਿੱਥੇ ਜਿੱਥੇ ਵੱਖ ਵੱਖ ਇਲਾਕਿਆਂ ਦੇ ਵਿੱਚ ਜਥੇ ਬਣਾ ਕੇ ਬੈਠਾ ਸੀ ਤੇ ਖਾਲਸਾ ਇੱਕ ਜਗ੍ਹਾ ਇਕੱਠਾ ਹੋਣ ਵਾਸਤੇ ਤੈਸੋ ਖਾਲਸੋ ਆਕੇ ਉਤਾਵੈ ਖਾਲਸਾ ਜਿਹੜਾ ਵਾ ਅੱਗੇ ਨੂੰ ਤੁਰ ਪਿਆ ਭਾਵ ਕਿ ਗੁਰਦਾਸਪੁਰ ਏਰੀਆ ਕਾਨੂੰਵਾਲ ਦੇ ਸ਼ੰਭਾ ਵੱਲ ਨੂੰ ਤੁਰ ਪਿਆ। ਦੋਹਰਾ ਜੋ ਆਏ ਥੇ ਤੁਰਤ ਕੇ ਤੇ ਤੁਰਤ ਤੁਰੇ ਕਰ ਔਰ ਜੋ ਆਏ ਥੇ ਤੁਰਤ ਕੇ ਤੇ ਤੁਰਤ ਤੁਰੇ ਕਰ ਔਰ ਭਾਈ ਰਤਨ ਸਿੰਘ ਜੀ ਕਹਿੰਦੇ ਹਨ ਜਿਹੜੇ ਤੁਰਕ ਹੀ ਸਿੱਖਾਂ ਦੇ ਵਿੱਚ ਤੁਰਕਾਂ ਤੋਂ ਤੰਗ ਹੋ ਕੇ ਆਏ ਸਨ ਰਲੇ ਸਨ ਕਿ ਅਸੀਂ ਤਾਂ ਸਿੱਖਾਂ ਦੀ ਸ਼ਰਨ ਵਿੱਚ ਚਲੇ ਜਾਂਦੇ ਹਾਂ ਖਾਲਸੇ ਬਣ ਜਾਂਦੇ ਹਾਂ ਫੌਜਾਂ ਵਿੱਚ ਸ਼ਾਮਿਲ ਹੋ ਜਾਂਦੇ ਹਾਂ ਤੇ ਭਾਈ ਰਤਨ ਸਿੰਘ ਜੀ ਕਹਿੰਦੇ ਹਨ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਾਡਾ ਭਾਈਚਾਰਾ ਸਿੱਖਾਂ ਨੂੰ ਮੁਕਾਉਣ ਦਾ ਪ੍ਰਣ ਕਰ ਚੁੱਕਿਆ ਹੈ ਬੜਾ ਭਾਰੀ ਲਸ਼ਕਰ ਆ ਰਿਹਾ ਹੈ ਤੇ ਜਿਹੜੇ ਨਵੇਂ ਅਜੇ ਸ਼ਾਮਿਲ ਹੋਏ ਸਨ ਤੁਰਕ ਜਾਂ ਹੋਰਾਂ ਧਰਮਾਂ ਦੇ ਲੋਕ ਉਹਨਾਂ ਨੇ ਜਿਹੜਾ ਆਪਣਾ ਬਚਾਅ ਕਰਨ ਵਾਸਤੇ ਤੁਰੰਤ ਹੀ ਘਰਾਂ ਦਾ ਓਟ ਆਸਰਾ ਲੈ ਲਿਆ ਭਾਵ ਕਿ ਸਿੱਖਾਂ ਦਾ ਸਾਥ ਛੱਡ ਦਿੱਤਾ ਤੇ ਆਪਣੇ ਘਰਾਂ ਦੇ ਵਿੱਚ ਆ ਕੇ ਉਹਨਾਂ ਨੇ ਘਰਾਂ ਦੀ ਓਟ ਲੈ ਲਈ ਤਾਂ ਜੋ ਅਸੀਂ ਆਪਣੀ ਜਾਨ ਨਾ ਗਵਾ ਸਕੀਏ ਅਸੀਂ ਬਚ ਸਕੀਏ। ਰਹੇ ਸਿੱਖ ਜੋ ਥੇ ਪੱਕੇ ਸਤਿਗੁਰ ਉੱਪਰ ਜ਼ੋਰ ਰਹੇ ਸਿੱਖ ਜੋ ਥੇ ਪੱਕੇ ਸਤਿਗੁਰ ਉੱਪਰ ਜ਼ੋਰ ਜ਼ੋਰ ਤੋਂ ਭਾਵ ਇੱਥੇ ਹੈ ਟੇਕ ਭਰੋਸਾ ਯਕੀਨ। ਭਾਈ ਰਤਨ ਸਿੰਘ ਜੀ ਕਹਿੰਦੇ ਜਿਹੜੇ ਤੇ ਕੱਚੇ ਪਿੱਲੇ ਸਨ ਜਿਨ੍ਹਾਂ ਦਾ ਅਜੇ ਜੀਵਨ ਦਾ ਕਿਰਦਾਰ ਵੀ ਉਹਨਾਂ ਪੱਕਾ ਨਹੀਂ ਸੀ ਬਣਿਆ ਜਿਹੜੇ ਅਜੇ ਨਵੇਂ ਸਿੱਖਾਂ ਦੇ ਜਥਿਆਂ ਵਿੱਚ ਸ਼ਾਮਿਲ ਹੋਏ ਸਨ ਉਹਨਾਂ ਨੇ ਸਿੱਖਾਂ ਦਾ ਸਾਥ ਛੱਡ ਕੇ ਭੱਜ ਆਏ ਘਰਾਂ ਨੂੰ ਉਹ ਕੱਚੇ ਸਿਹੜੇ ਸਨ ਉਹ ਆ ਗਏ ਤੇ ਜਿਹੜੇ ਪੱਕੇ ਸਿੱਖ ਸਨ ਜਿਨ੍ਹਾਂ ਦਾ ਜੀਵਨ ਜਿਨ੍ਹਾਂ ਦਾ ਕਿਰਦਾਰ ਜਿਨ੍ਹਾਂ ਦਾ ਜੀਵਨ ਖਾਲਸਾ ਪੂਰਾ ਬਣਿਆ ਹੋਇਆ ਸੀ ਤਿਆਰ ਬਰ ਤਿਆਰ ਸੀ ਗੁਰੂ ਦੇ ਪੂਰਨਿਆਂ ਤੇ ਚੱਲ ਕੇ ਆਪਣੇ ਆਪ ਨੂੰ ਤਿਆਰ ਬਰ ਤਿਆਰ ਕੀਤਾ ਹੋਇਆ ਸੀ ਉਹ ਖਾਲਸਾ ਪੱਕਾ ਰਹਿ ਗਿਆ ਕਿਉਂਕਿ ਉਹਨਾਂ ਨੂੰ ਗੁਰੂ ਤੇ ਭਰੋਸਾ ਹੈ ਉਹਨਾਂ ਨੂੰ ਗੁਰੂ ਤੇ ਟੇਕ ਹੈ ਉਹਨਾਂ ਨੂੰ ਗੁਰੂ ਤੇ ਯਕੀਨ ਹੈ ਕਿ ਭਾਵੇਂ ਜਿੱਡਾ ਮਰਜ਼ੀ ਭਾਰੀ ਲਸ਼ਕਰ ਆ ਜਾਵੇ ਜੇ ਗੁਰੂ ਦਾ ਹੱਥ ਸਿਰ ਦੇ ਉੱਤੇ ਹੈ ਤੇ ਸਾਡਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਕਿਉਂਕਿ ਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਹੈ ਜਾਮ ਗੁਰੂ ਹੋਏ ਵੱਲ ਲੱਖ ਬਾਹੀਂ ਕਿਆ ਕੀਜੇ ਜਦੋਂ ਗੁਰੂ ਨਾਲ ਹੋਵੇ ਪਰਮਾਤਮਾ ਨਾਲ ਹੋਵੇ ਤੇ ਜਿੱਡੀ ਵੱਡੀ ਮਰਜ਼ੀ ਮੁਸੀਬਤ ਆ ਜਾਵੇ ਜਿੱਡਾ ਮਰਜ਼ੀ ਦੁਸ਼ਮਣ ਚੜ੍ਹ ਕੇ ਆ ਜਾਵੇ ਜਿੰਨੀ ਮਰਜ਼ੀ ਫੌਜ ਮਾਰਨ ਵਾਸਤੇ ਆ ਜਾਵੇ ਜਿਹਦੇ ਨਾਲ ਗੁਰੂ ਖਲੋਤਾ ਹੈ ਉਹਦਾ ਵਾਲ ਵੀ ਵਿੰਗਾ ਨਹੀਂ ਹੁੰਦਾ ਕਿਉਂਕਿ ਗੁਰੂ ਉਹਨੂੰ ਸਿਰ ਤੇ ਹੱਥ ਰੱਖ ਕੇ ਬਚਾ ਲੈਂਦਾ ਮੁਸੀਬਤਾਂ ਵਿੱਚੋਂ ਕੱਢ ਲੈਂਦਾ ਹੈ। ਸਤਿਗੁਰੂ ਜੀ ਨੇ ਬਚਨ ਵੀ ਬਾਣੀ ਵਿੱਚ ਕਹੇ ਹਨ ਜਾ ਕੋ ਮੁਸ਼ਕਲ ਅੱਤ ਬਣੈ ਧੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣ ਸਾਗ ਪੇ ਭੱਜ ਖਲੇ ਸਭੋ ਭੱਜੇ ਆਸਰਾ ਚੁੱਕੈ ਸਭ ਅਸਰਾਓ ਚਿੰਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਹ ਫਿਰ ਤੱਤੀ ਵਾਹ ਨਹੀਂ ਲੱਗਦੀ ਜਦੋਂ ਪਰਮਾਤਮਾ ਗੁਰੂ ਨਾਲ ਹੋਵੇ। ਜਿਹੜੇ ਸਿੱਖਾਂ ਨੂੰ ਭਰੋਸਾ ਸੀ ਆਪਣੇ ਗੁਰੂ ਤੇ ਆਪਣੇ ਮਾਲਕ ਤੇ ਆਪਣੇ ਇਸ਼ਟ ਤੇ ਉਹਨਾਂ ਨੇ ਸਾਥ ਉਹਨਾਂ ਨੇ ਯਕੀਨ ਬਣ ਕੇ ਟਿਕ ਗਏ ਕਿ ਨਹੀਂ ਅਸੀਂ ਗੁਰੂ ਦੇ ਭਰੋਸੇ ਉੱਤੇ ਚੱਲਾਂਗੇ। ਪਰ ਜਿਹੜੇ ਕੱਚੇ ਪਿੱਲੇ ਸਨ ਉਹ ਸਾਰੇ ਦੇ ਸਾਰੇ ਘਰਾਂ ਨੂੰ ਭੱਜ ਆਏ। ਜਿਮ ਜਿਮ ਲੋਕਨ ਸ਼ੋਹਰਤ ਭਈ ਸ਼ੋਹਰਤ ਤੋਂ ਭਾਵ ਹੈ ਕਿ ਖਬਰ ਗੱਲ ਜਿਵੇਂ ਜਿਵੇਂ ਲੋਕਾਂ ਤੱਕ ਇਹ ਗੱਲ ਜਿਹੜੀ ਪਹੁੰਚਦੀ ਗਈ ਤਿਮ ਤਿਮ ਫੌਜ ਸਿੰਘਣ ਪਰ ਪਈ ਗਈ ਕਿਉਂਕਿ ਜਹੀਆ ਖਾਨ ਨੇ ਐਲਾਨ ਕੀਤਾ ਸੀ ਕਿ ਲਖਪਤ ਦਾ ਸਾਥ ਦਿੱਤਾ ਜਾਵੇ ਕਿਉਂਕਿ ਹੈਦਰੀ ਝੰਡਾ ਵੀ ਝੁਲਾਇਆ ਹੈ ਇਸਲਾਮ ਧਰਮ ਦਾ ਓਟ ਆਸਰਾ ਲਿਆ ਹੈ ਧਰਮ ਨੂੰ ਖਤਰਾ ਹੈ
ਤੇ ਜਿੱਤੋ ਜਿੱਤੋ ਤੱਕ ਲੋਕਾਂ ਨੂੰ ਖਬਰ ਪਹੁੰਚਦੀ ਗਈ ਵੀ ਸਾਡੇ ਧਰਮ ਨੂੰ ਖਤਰਾ ਹੈ, ਉਹ ਲੋਕ ਸਿੰਘ ਉਹ ਲੋਕ ਜਿਹੜੇ ਹਨ ਮੁਸਲਮਾਨਾਂ ਦੇ ਵਿੱਚ ਸਰਕਾਰੀ ਫੌਜ ਦੇ ਵਿੱਚ ਆ ਕੇ ਸ਼ਾਮਿਲ ਹੁੰਦੇ ਗਏ। ਤਿਮ ਤਿਮ ਫੌਜ ਸਿੰਘਣ ਪਰ ਗਈ ਤੇ ਜਿਉਂ ਜਿਉਂ ਗਿਣਤੀ ਵੱਧਦੀ ਗਈ ਸਰਕਾਰੀ ਫੌਜ ਦੀ ਤੇ ਸਿੰਘਾਂ ਵੱਲ ਇਹ ਜਿਹੜੀ ਫੌਜ ਤੁਰਦੀ ਗਈ ਤਾਂ ਜੋ ਸਿੰਘਾਂ ਦੇ ਉੱਤੇ ਚੜ੍ਹਾਈ ਕਰਕੇ ਇਹਨਾਂ ਸਿੱਖਾਂ ਨੂੰ ਮਾਰਿਆ ਜਾ ਸਕੇ। ਮਾਤ ਪਿਤਨ ਸਿੰਘਣ ਚਿੰਤਾ ਪਈ ਤੇ ਜਿਹੜੇ ਸਿੱਖ ਅਜੇ ਨਵੇਂ ਸ਼ਾਮਿਲ ਹੋਏ ਸਨ, ਜਿਹੜੇ ਪਿੰਡਾਂ ਨਗਰਾਂ ਵਿੱਚੋਂ ਸਰਕਾਰ ਦੇ ਸਤਾਏ ਹੋਏ ਸਨ, ਜਿਨ੍ਹਾਂ ਨੇ ਅਜੇ ਪੂਰਾ ਜੀਵਨ ਵੀ ਆਪਣਾ ਹੰਢਾਇਆ ਨਹੀਂ ਸੀ, ਪਿੱਛੇ ਉਹਨਾਂ ਦੇ ਮਾਤਾ ਪਿਤਾ ਨੂੰ ਚਿੰਤਾ ਪੈ ਗਈ ਕਿਉਂਕਿ ਕਈਆਂ ਨੇ ਤੇ ਵਿੱਚ ਨਵਿਆਂ ਨੇ ਵੀ ਇਰਾਦਾ ਕਰ ਲਿਆ ਸੀ ਕਿ ਨਹੀਂ ਅਸੀਂ ਮੌਤ ਨੂੰ ਹੀ ਗਲੇ ਲਾਵਾਂਗੇ, ਪਰ ਜਿਨ੍ਹਾਂ ਨੇ ਇਰਾਦਾ ਨਹੀਂ ਸੀ ਕੀਤਾ ਉਹ ਭੱਜ ਆਏ ਤੇ ਜਿਹੜੇ ਨਵਿਆਂ ਨੇ ਇਰਾਦਾ ਕਰ ਲਿਆ ਘਰਾਂ ਨੂੰ ਨਹੀਂ ਮੁੜੇ, ਪਰ ਉਹਨਾਂ ਦੇ ਮਾਪਿਆਂ ਨੂੰ ਪਿੱਛੇ ਚਿੰਤਾ ਲੱਗ ਗਈ ਕਿ ਸਾਡਾ ਬੱਚਾ ਸਿੰਘਾਂ ਦੇ ਜਥਿਆਂ ਵਿੱਚ ਹੈ ਤੇ ਫੌਜ ਭਾਰੀ ਗਿਣਤੀ ਵਿੱਚ ਚੜੀ ਹੋਈ ਹੈ, ਇਹ ਨਾ ਹੋਵੇ ਸਿੱਖਾਂ ਨੇ ਤੇ ਮਰਨਾ ਹੀ ਮਰਨਾ ਹੈ, ਸਾਡਾ ਬੱਚਾ ਵੀ ਨਜਾਇਜ਼ ਹੀ ਨਾ ਮਰ ਜਾਵੇ, ਭੱਗ ਦੇ ਪਹਾੜੇ ਵਿੱਚ ਨਾ ਮਰ ਜਾਵੇ। ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਮਾਤ ਪਿਤਨ ਸਿੰਘਣ ਚਿੰਤਾ ਪਈ, ਜਿਹੜੇ ਸਿੰਘ ਨਵੇਂ ਸ਼ਾਮਿਲ ਹੋਏ ਸਨ, ਜਿਨ੍ਹਾਂ ਨੇ ਇਰਾਦਾ ਕਰ ਲਿਆ ਲੜਨ ਦਾ, ਉਹਨਾਂ ਦੇ ਮਾਤਾ ਪਿਤਾ ਨੂੰ ਪਿੱਛੇ ਚਿੰਤਾ ਲੱਗ ਗਈ। ਮੋੜ ਲਿਆਏ ਪੁੱਤਨ ਕਈ ਤੇ ਆਪਣੇ ਬੱਚਿਆਂ ਦੇ ਮੋਹ ਦੇ ਕਰਕੇ ਕਈ ਮਾਤਾ ਪਿਤਾ ਜਾ ਕੇ ਸਿੰਘਾਂ ਦੇ ਵਿੱਚੋਂ ਆਪਣੇ ਬੱਚਿਆਂ ਨੂੰ ਮੋੜ ਲਿਆਏ, ਘਰ ਦਾ ਵਾਸਤਾ ਪਾ ਕੇ ਜਾਂ ਘਰ ਦੀਆਂ ਦਾ ਵਾਸਤਾ ਪਾ ਕੇ ਕਈਆਂ ਨੂੰ ਆਪਣੇ ਘਰਾਂ ਵਿੱਚ ਮੋੜ ਕੇ ਲੈ ਆਏ। ਕੋਈ ਦੌੜੇ ਮੋੜਨ ਤਾਈ, ਕੋਈ ਦੌੜੇ ਮੋੜਨ ਤਾਈ, ਤੇ ਕਈ ਮਾਪੇ ਆਪਣੇ ਬੱਚਿਆਂ ਨੂੰ ਘਰਾਂ ਵਿੱਚ ਲਿਆਉਣ ਵਾਸਤੇ ਦੌੜੇ ਕਿ ਤੁਸੀਂ ਵੀ ਵਾਪਸ ਆ ਜਾਓ, ਕਿੰਨੇ ਸਿੱਖ ਜਿਹੜੇ ਨਵੇਂ ਸ਼ਾਮਿਲ ਹੋਏ ਸਨ ਉਹ ਵਾਪਸ ਆ ਗਏ ਹਨ, ਤੁਸੀਂ ਵੀ ਇਹਨਾਂ ਸਿੱਖਾਂ ਦਾ ਸਾਥ ਛੱਡੋ ਤੇ ਆਪਣੇ ਘਰਾਂ ਦੇ ਵਿੱਚ ਜਾ ਕੇ ਬੈਠ ਜਾਵੋ। ਪੁੱਤਰ ਰਲੇ ਤੇ ਲੁੱਟਣ ਥਾਂ ਤਾਈ, ਕਿਉਂਕਿ ਬਹੁਤਾਰ ਦੇ ਵਿੱਚ ਇਹ ਜਿਹੜੇ ਨਵੇਂ ਰਲੇ ਸਨ ਇਹ ਸਿਰਫ ਲੁੱਟਣ ਦੀ ਬਿਰਤੀ ਦੇ ਨਾਲ ਗਏ ਸਨ, ਕਿਉਂਕਿ ਸਿੱਖ ਜਦੋਂ ਹਮਲਾ ਕਰਦੇ ਹਨ ਬਹੁਤਾ ਦੇ ਵਿੱਚ ਬਹੁਤ ਮਾਲ ਪੱਤਾ ਹੱਥ ਵਿੱਚ ਲੱਗਦਾ ਹੈ ਤੇ ਇਹਨਾਂ ਲੋਕਾਂ ਦੇ ਘਰਾਂ ਵਿੱਚ ਗਰੀਬੀਆਂ ਸਨ, ਗਰੀਬੀ ਦੇ ਸਤਾਏ ਹੋਏ ਸਨ ਤੇ ਗਰੀਬੀ ਨੂੰ ਦੂਰ ਕਰਨ ਵਾਸਤੇ ਲੁੱਟਣ ਦੀ ਬਿਰਤੀ ਨਾਲ ਗਏ ਸਨ, ਪਰ ਜਦੋਂ ਲਸ਼ਕਰ ਚੜ ਕੇ ਆਇਆ ਤੇ ਇਹਨਾਂ ਦੇ ਮਾਤਾ ਪਿਤਾ ਇਹਨਾਂ ਨੂੰ ਮੋੜ ਲਿਆਏ, ਜਿਹੜੇ ਲੁੱਟਣ ਵਾਸਤੇ ਗਏ ਸਨ ਉਹ ਵੀ ਜਿਹੜੇ ਜਾਨ ਬਚਾਉਂਦੇ ਹੋਏ ਵਾਪਸ ਆ ਗਏ, ਪਰ ਜਿਹੜੇ ਪੱਕੇ ਇਰਾਦਾ ਕਰਕੇ ਬੈਠ ਗਏ ਸਨ ਪੱਕੇ ਸਿੱਖ, ਉਹਨਾਂ ਨੂੰ ਇਸ ਚੀਜ਼ ਦੀ ਕੋਈ ਪਰਵਾਹ ਨਹੀਂ ਕਿ ਸਾਡੇ ਮਾਤਾ ਪਿਤਾ ਦਾ ਪਿੱਛੋਂ ਕੀ ਬਣੇਗਾ, ਸਾਡੇ ਮਾਤਾ ਪਿਤਾ ਰੁੱਲ ਜਾਣਗੇ ਜਾਂ ਬਚ ਜਾਣਗੇ, ਇਸ ਚੀਜ਼ ਦਾ ਉਹਨਾਂ ਨੂੰ ਕੋਈ ਨਹੀਂ ਹੈਗਾ, ਕਿਉਂਕਿ ਜਿਹੜਾ ਗੁਰੂ ਨੂੰ ਸਮਰਪਿਤ ਹੋ ਜਾਂਦਾ ਹੈ ਉਹ ਇਸ ਬਚਨ ਦੀ ਕਮਾਈ ਕਰਦਾ, ਨਾਮ ਹੈ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ, ਉਹਨਾਂ ਨੂੰ ਕੇਵਲ ਗੁਰੂ ਦਾ ਪ੍ਰੇਮ ਚੰਗਾ ਲੱਗਦਾ ਹੈ ਤੇ ਗੁਰੂ ਦੇ ਪ੍ਰੇਮ ਵਾਸਤੇ ਉਹ ਦੁਨਿਆਵੀ ਮੋਹ ਨੂੰ ਤਿਆਗ ਦਿੰਦੇ ਹਨ, ਦੁਨਿਆਵੀ ਰਿਸ਼ਤਿਆਂ ਨੂੰ ਤਿਆਗ ਦਿੰਦੇ ਹਨ, ਕਿਉਂਕਿ ਪਤਾ ਹੈ ਕਿ ਜਿਹੜੇ ਦੁਨਿਆਵੀ ਰਿਸ਼ਤੇ ਹਨ ਇਹ ਸਿਰਫ ਸਾਨੂੰ ਪੂਰਬਲੇ ਕਰਮਾਂ ਕਰਕੇ ਮਿਲੇ ਹਨ, ਪਰ ਅੰਤਲੇ ਸਮੇਂ ਨਾ ਪਿਤਾ ਨੇ ਸਾਥ ਦੇਣਾ ਹੈ, ਨਾ ਮਾਤਾ ਨੇ ਸਾਥ ਦੇਣਾ ਹੈ, ਨਾ ਰਿਸ਼ਤੇਦਾਰਾਂ ਨੇ ਸਾਥ ਦੇਣਾ ਹੈ। ਸਤਿਗੁਰ ਜੀ ਦੀ ਬਾਣੀ ਦਾ ਇੱਕ ਬਚਨ ਵੀ ਆਉਂਦਾ ਹੈ, ਸਤਿਗੁਰ ਜੀ ਲਿਖੇ ਪੂਰਬ ਕਰਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਏ, ਪੂਰਬਲੇ ਜਨਮਾਂ ਦੇ ਕਰਕੇ ਸਾਨੂੰ ਇਹ ਸੰਜੋਗੀ ਮਿਲੇ ਹਨ, ਪਰ ਅੰਤ ਨੂੰ ਕਿਸੇ ਨੇ ਸਾਥ ਨਹੀਂ ਦੇਣਾ, ਤੇ ਜਿਹੜੇ ਬਾਣੀ ਨੂੰ ਜੀ ਲੈਂਦੇ ਹਨ, ਬਾਣੀ ਨੂੰ ਹਿਰਦੇ ਵਿੱਚ ਵਸਾ ਲੈਂਦੇ ਹਨ, ਬਾਣੀ ਦੀ ਕਮਾਈ ਕਰ ਲੈਂਦੇ ਹਨ, ਉਹ ਪਰਿਵਾਰ ਨੂੰ ਜਿਹੜਾ ਵਾ ਮੋਹ ਤੋਂ ਉੱਪਰ ਉੱਠ ਜਾਂਦੇ ਹਨ ਤੇ ਕੇਵਲ ਗੁਰੂ ਪਰਮਾਤਮਾ ਦੇ ਪ੍ਰੇਮ ਦੀ ਪਰਵਾਹ ਕਰਦੇ ਹਨ, ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਨ ਕਿਹਾ ਹੈ, ਰੰਗ ਹੱਸੇ ਰੰਗ ਰੋਵੇ ਚੁੱਪ ਪੀ ਕਰ ਜਾਏ, ਪਰਵਾਹ ਨਾਹੀਂ ਕਿਸੇ ਕੇਰੀ ਬਾੜ, ਸੱਚੇ ਨਾ ਕਿਸੇ ਦੀ ਪਰਵਾਹ ਹੈ ਹੀ ਕੋਈ ਨਹੀਂ, ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਦੀ ਪਰਵਾਹ ਹੈ, ਕਿਉਂਕਿ ਇੱਕ ਵਾਰੀ ਜੇ ਬੇਮੁਖ ਹੋ ਗਿਆ ਫਿਰ ਕਈ ਜਨਮ ਲੱਗ ਜਾਣੇ ਹਨ ਪਰਮਾਤਮਾ ਦੇ ਨਾਮ ਦੇ ਵਿੱਚ ਜੁੜਨ ਵਾਸਤੇ। ਜਿਹੜੇ ਪੱਕੇ ਹਨ ਉਹਨਾਂ ਨੇ ਪੱਕਾ ਇਰਾਦਾ ਕੀਤਾ ਹੋਇਆ ਕਿ ਨਹੀਂ
ਜੋ ਮਰਜ਼ੀ ਕੁਝ ਹੋ ਜਾਵੇ ਪਰ ਅਸੀਂ ਗੁਰੂ ਵੱਲੋਂ ਬੇਮੁੱਖ ਨਹੀਂ ਹੋਣਾ। ਜ਼ਿੰਦਗੀ ਚਲੇ ਜਾਵੇਗੀ ਤੇ ਚਲੀ ਜਾਵੇ, ਮਾਂ ਪਿਓ ਜਾਂਦੇ ਹਨ ਤੇ ਚਲੇ ਜਾਣ, ਪਰ ਗੁਰੂ ਨਹੀਂ ਹੱਥੋਂ ਜਾਣਾ ਚਾਹੀਦਾ, ਗੁਰੂ ਵੱਲੋਂ ਬੇਮੁੱਖ ਨਹੀਂ ਹੋਣਾ। ਜਿਹੜੇ ਪੱਕੇ ਸਨ ਉਹਨਾਂ ਨੇ ਪੱਕਾ ਇਰਾਦਾ ਕਰ ਲਿਆ, ਪਰ ਜਿਹੜੇ ਕੱਚੇ ਪਿੱਲੇ ਸਨ ਉਹ ਜਿਹੜੇ ਸਾਰੇ ਦੇ ਸਾਰੇ ਲੁੱਟਣ ਬਿਰਤੀ ਦੇ ਨਾਲ ਗਏ ਹੋਏ, ਉਹ ਸਾਰੇ ਦੇ ਸਾਰੇ ਮੁੜ ਆਏ। ਕਹੇ ਮਾਤ ਤੁਮ ਘਰ ਸੁੱਤ ਚੱਲੋ। ਭਾਈ ਰਤਨ ਸਿੰਘ ਜੀ ਕਹਿੰਦੇ ਘਰ ਦਾ ਵਾਸਤਾ ਪਾ ਕੇ ਘਰ ਦੇ ਮੋਹ ਦੇ ਵਿੱਚ ਬੰਨ ਕੇ ਸਾਰੇ ਜਿਹੜੇ ਕੱਚਿਆ ਪਿੱਲਿਆਂ ਨੂੰ ਮਾਤਾ ਪਿਤਾ ਵਾਪਸ ਲੈ ਆਏ। ਸੀਸ ਮਨਾਏ ਜੱਟਣ ਵਿੱਚ ਰਲੋ, ਉਹਨਾਂ ਨੂੰ ਕਹਿ ਦਿੱਤਾ ਤੁਸੀਂ ਆਪਣੇ ਕੇਸ ਮਨਾ ਦਵੋ, ਤੁਸੀਂ ਆਪਣੇ ਥਕਾਰ ਤਿਆਗ ਦਵੋ ਤੇ ਪਹਿਲਾਂ ਵਾਂਗੂ ਜਿਹੜਾ ਵਾ ਉਹ ਜੱਟਾਂ ਜ਼ਿਮੀਦਾਰਾਂ ਦੇ ਵਿੱਚ ਰਲ ਕੇ ਆਪਣਾ ਜੀਵਨ ਬਤੀਤ ਕਰੋ। ਇਹਨਾਂ ਸਿੱਖਾਂ ਦੇ ਵਿੱਚ ਕੀ ਰੱਖਿਆ ਹੈ, ਇਹ ਅੱਜ ਹੈ ਨਾ ਕੱਲ ਨੂੰ ਜਿਹੜਾ ਵਾ ਫੌਜ ਨੇ ਇਹਨਾਂ ਸਾਰਿਆਂ ਨੂੰ ਖਤਮ ਕਰ ਦੇਣਾ ਹੈ, ਇਸ ਕਰਕੇ ਇਹਨਾਂ ਨਾਲ ਰਲ ਕੇ ਆਪਣੀ ਜਾਨ ਭੰਗ ਦੇ ਪਹਾੜੇ ਵਿੱਚ ਜਾਨ ਗਵਾਉਣ ਦਾ ਕੋਈ ਲਾਭ ਨਹੀਂ ਹੈ। ਦੋਹਰਾ ਜੋ ਪੱਕੇ ਥੇ ਸੋ ਰਹੇ ਕੱਚੇ ਗਏ ਸੋ ਭਾਜ, ਜੋ ਪੱਕੇ ਥੇ ਸੋ ਰਹੇ ਕੱਚੇ ਗਏ ਸੋ ਭਾਜ, ਜਿਹੜੇ ਪੱਕੇ ਸਨ ਉਹ ਰਹਿ ਗਿਆ ਖਾਲਸਾ ਤੇ ਜਿਹੜਾ ਕੱਚਾ ਪਿੱਲਾ ਸੀ ਉਹ ਸਾਰੇ ਦਾ ਸਾਰਾ ਝੜ ਗਿਆ, ਉਹ ਭੱਜ ਕੇ ਘਰਾਂ ਵਿੱਚ ਆ ਗਏ। ਮਰੇ ਗਏ ਸਭ ਸੁਰਗ ਨੋ ਜੀਏ ਕਰਿਓ ਤਿਨ ਰਾਜ, ਮਰੇ ਗਏ ਸਭ ਸੁਰਗ ਨੋ ਜੀਏ ਕਰਿਓ ਤਿਨ ਰਾਜ, ਕਿਉਂਕਿ ਜਿਹੜਾ ਪੱਕਾ ਖਾਲਸਾ ਸੀ ਜਿਨ੍ਹਾਂ ਨੂੰ ਗੁਰੂ ਤੇ ਭਰੋਸਾ ਸੀ ਉਹਨਾਂ ਨੂੰ ਪਤਾ ਸੀ ਕਿ ਜੇ ਮਰ ਜਾਵਾਂਗੇ ਜੰਗ ਦੇ ਮੈਦਾਨ ਵਿੱਚ ਤਾਂ ਸਾਨੂੰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਨਿਵਾਸ ਮਿਲਣਾ ਹੈ, ਤੇ ਜੇ ਜਿੰਦੇ ਰਹੇ ਜੰਗ ਜਿੱਤ ਗਏ ਤੇ ਫਿਰ ਸਾਨੂੰ ਜਿਹੜਾ ਵਾ ਉਹ ਰਾਜ ਭਾਗ ਮਿਲਣਾ ਹੈ। ਇਸ ਕਰਕੇ ਜਿਹੜੇ ਕੱਚੇ ਪਿੱਲੇ ਸਨ ਉਹ ਪੱਕੇ ਬੇਰ ਤੇ ਝੜ ਗਏ, ਪਰ ਜਿਹੜੇ ਕੱਚੇ ਪੱਕੇ ਸਨ ਉਹ ਜਿਹੜੇ ਟਿਕੇ ਰਹੇ ਕੱਚੇ ਪਿੱਲੇ ਵਾਪਸ ਆ ਗਏ। ਕਿਉਂਕਿ ਅਕਸਰ ਜਦੋਂ ਮੁਸੀਬਤ ਪੈਂਦੀ ਹੈ ਤਾਂ ਜਿਹੜਾ ਜਿਨ੍ਹਾਂ ਦੇ ਉੱਤੇ ਮਾਣ ਹੁੰਦਾ ਹੈ ਉਹ ਸਭ ਤੋਂ ਪਹਿਲਾਂ ਉਹ ਹੀ ਸਾਥ ਛੱਡਦੇ ਹਨ, ਕਿਉਂਕਿ ਮਨੁੱਖ ਜਿਹੜਾ ਯਾਰ ਦੋਸਤ ਬੜੇ ਬਣਾਉਂਦਾ ਹੈ ਤੇ ਫੜਾ ਵੀ ਬੜੀਆਂ ਮਾਰੇਗਾ, ਮੇਰੇ ਇੰਨੇ ਯਾਰ ਮੇਰੇ ਇੰਨੇ ਦੋਸਤ, ਮੈਂ ਆਹ ਕਰ ਦੇਵਾਂਗਾ ਮੈਂ ਉਹ ਕਰ ਦੇਵਾਂਗਾ। ਸਤਿਗੁਰੂ ਜੀ ਕਹਿੰਦੇ ਅਸਲ ਵਿੱਚ ਖਲੋਤੇ ਜ਼ਰੂਰ ਹਨ ਪਰ ਪ੍ਰੀਤਾ ਗੱਲੀ ਸੋ ਸੱਜਣ ਵੀ, ਇੱਕ ਢੁੜੇਂਦੀ ਨਾ ਲਵਾ ਜਦੋਂ ਮੁਸੀਬਤ ਆਵੇਗੀ, ਇੱਕ ਨੇ ਵੀ ਸਾਥ ਨਹੀਂ ਦੇਣਾ ਕਿਉਂਕਿ ਸਾਰਿਆਂ ਨੂੰ ਜਾਨ ਪਿਆਰੀ ਹੈ। ਸਤਿਗੁਰੂ ਕਹਿੰਦੇ ਹਨ ਵੀਹਾਂ ਨੇ ਤੈਨੂੰ ਮਾਣ ਜ਼ਰੂਰ ਹੈ ਪਰ ਉਹ ਵੀਹ ਤੇਰੇ ਨਾਲ ਖਲੋਤੇ ਤਾਂ ਹਨ ਕਿਉਂਕਿ ਤੂੰ ਉਹਨਾਂ ਨੂੰ ਖਵਾ ਪਿਆ ਰਿਹਾ ਵਾ, ਤੂੰ ਉਹਨਾਂ ਦੇ ਪੈਸਾ ਉਡਾ ਰਿਹਾ ਵਾ, ਤੇ ਤੂੰ ਚਾਰ ਛਿੱਲੜ ਹਨ ਤੇਰੇ ਨਾਲ ਵੀਹ ਆ ਕੇ ਖਲੋਤੇ ਹਨ, ਜਿਸ ਦਿਨ ਤੇਰੇ ਚਾਰ ਛਿੱਲੜ ਖਤਮ ਹੋ ਗਏ ਜਿਨ੍ਹਾਂ ਤੇ ਤੈਨੂੰ ਮਾਣ ਹੈ ਉਹ ਤੇਰੀ ਪਿੱਠ ਵਿੱਚ ਛੁਰਾ ਖੋਭਣਗੇ। ਕਿਉਂਕਿ ਬਾਣੀ ਦਾ ਬਚਨ ਹੈ ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਣ ਬੰਦ, ਚਿੱਚਰ ਪਹਿਨਣ ਖਾਵਣੇ ਟਿੱਚਰ ਰੱਖਣ ਗੰਢ, ਜਿੱਤ ਦਿਨ ਕਿਛ ਨਾ ਹੋਵੇ ਤਿੰਨ ਦਿਨ ਬੋਲਣ ਗੰਦ, ਜਿਨ੍ਹਾਂ ਦੇ ਮਾਣ ਸੀ ਸਭ ਤੋਂ ਪਹਿਲਾਂ ਉਹ ਹੀ ਖਹਿੜਾ ਛੱਡ ਕੇ ਚਲੇ ਗਏ। ਸਤਿਗੁਰੂ ਜੀ ਭਾਈ ਰਤਨ ਸਿੰਘ ਜੀ ਕਹਿੰਦੇ ਹਨ ਜਿਹੜੇ ਕੱਚੇ ਪਿੱਲੇ ਉਹ ਝੜ ਗਏ ਉਹ ਭੱਜ ਗਏ, ਪੱਕੇ ਟਿਕੇ ਰਹੇ ਕਿਉਂਕਿ ਉਹਨਾਂ ਨੂੰ ਗੁਰੂ ਦੇ ਬਚਨਾਂ ਤੇ ਵਿਸ਼ਵਾਸ ਹੈ, ਮਰ ਜਾਵਾਂਗੇ ਤੇ ਸਵਰਗ ਰੂਪ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਨਿਵਾਸ ਹੈ, ਤੇ ਜਿੰਦੇ ਰਹੇ ਤੇ ਗੁਰੂ ਦੇ ਬਚਨਾਂ ਦਾ ਸਾਡੇ ਰਾਜ ਜਿਹੜਾ ਸਾਡੀ ਝੋਲੀ ਵਿੱਚ ਪਵੇਗਾ। ਚੌਪਈ ਅਸਲ ਖਾਲਸਾ ਸੋ ਰਹੇ ਹੋ, ਅਸਲ ਖਾਲਸਾ ਸੋ ਰਹੇ ਹੋ। ਭਾਈ ਰਤਨ ਸਿੰਘ ਜੀ ਕਹਿੰਦੇ ਅਸਲ ਖਾਲਸਾ ਪੂਰਾ ਖਾਲਸਾ ਪਿਆਰ ਪਰ ਤਿਆਰ ਖਾਲਸਾ, ਕਮਾਈ ਕਰਕੇ ਜਿਹਨੇ ਆਪਣੇ ਆਪ ਨੂੰ ਖਾਲਸਾ ਬਣਾਇਆ ਉਹ ਖਾਲਸਾ ਜਿਹੜਾ ਰਹਿ ਗਿਆ ਤੇ ਜਿਹੜਾ ਬਚਨਾਂ ਦੀ ਕਮਾਈ ਨਹੀਂ ਕਰ ਸਕਿਆ ਉਹ ਭੱਜ ਆਇਆ। ਕਿਉਂਕਿ ਮਨੁੱਖ ਹਰੇਕ ਜਿਹੜਾ ਅੰਮ੍ਰਿਤ ਛਕ ਕੇ ਆਪਣੇ ਆਪ ਨੂੰ ਖਾਲਸਾ ਕਹਾਵੇਗਾ ਜਾਂ ਆਪਣੇ ਆਪ ਨੂੰ ਗੁਰੂ ਦਾ ਸਿੱਖ ਕਹਾਵੇਗਾ, ਪਰ ਜਦੋਂ ਬਾਣੀ ਨੂੰ ਪੜਾਂਗੇ ਤੇ ਬਾਣੀ ਵਿੱਚ ਜੋ ਸਿੱਖ ਦੀ ਪਰਿਭਾਸ਼ਾ ਦਿੱਤੀ ਹੈ ਜਾਂ ਗੁਰੂ ਗੋਬਿੰਦ ਸਿੰਘ ਨੇ ਰਹਿਤ ਮਰਿਆਦਾ ਵਿੱਚ ਖਾਲਸੇ ਦੀ ਪਰਿਭਾਸ਼ਾ ਦਿੱਤੀ ਹੈ, ਜਦੋਂ ਉਹਨੂੰ ਸਾਹਮਣੇ ਰੱਖਾਂਗੇ ਤੇ ਜਿਹੜੇ ਦਾਵਾ ਕਰਨ ਵਾਲੇ ਹਨ ਕਕਾਰ ਪਾ ਕੇ ਕਿ ਮੈਂ ਖਾਲਸਾ ਮੈਂ ਸਿੱਖ, ਸਭ ਤੋਂ ਪਹਿਲਾਂ ਉਹ ਗੁਰੂ ਵੱਲੋਂ ਬੇਮੁੱਖ ਹੋ ਜਾਣਗੇ। ਕਿਉਂਕਿ ਬਾਣੀ ਦੇ ਮੁਤਾਬਕ ਸੋ ਸਿੱਖ ਸਖਾ ਬੰਦਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ ਗੁਰੂ ਦੇ ਭਾਣੇ ਵਿੱਚ ਚੱਲਣ ਵਾਲਾ ਪੂਰਨ ਸਿੱਖ ਹੈ।
ਪਰ ਜਦੋਂ ਗੁਰੂ ਜਦੋਂ ਜੀਵਨ ਵਿੱਚ ਮੁਸੀਬਤ ਪੈਂਦੀ ਹੈ ਤਾਂ ਮਨੁੱਖ ਗੁਰੂ ਵੱਲੋਂ ਬੇਮੁਖ ਹੋ ਜਾਂਦਾ, ਆਪਣੀ ਮਨ ਮਰਜ਼ੀ ਕਰਦਾ ਹੈ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਸਪਸ਼ਟ ਤੌਰ ਤੇ ਕਿਹਾ ਹੋਇਆ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ, ਜਿਹੜਾ ਰਹਿਤ ਵਿੱਚ ਪਰਪੱਕ ਹੈ, ਕਿਉਂਕਿ ਪਾਜਕ ਕਾਰੀ ਵਰਦੀ ਪਾ ਲੈਣੀ ਤੇ ਦਾਵਾ ਕਰੀ ਜਾਣਾ ਮੈਂ ਗੁਰੂ ਦਾ ਸਿੱਖ, ਮੈਂ ਗੁਰੂ ਦਾ ਖਾਲਸਾ, ਤੇ ਅੰਦਰ ਦਾ ਅੰਦਰ ਦੀ ਰਹਿਤ ਕੋਈ ਨਹੀਂ, ਅੰਦਰ ਦਾ ਕਰੈਕਟਰ ਕੋਈ ਨਹੀਂ, ਅੰਦਰ ਦਾ ਜੀਵਨ ਕੋਈ ਨਹੀਂ ਕਮਾਇਆ ਹੋਇਆ। ਤੇ ਸਤਿਗੁਰੂ ਕਹਿੰਦੇ ਜਦੋਂ ਅੰਦਰੋਂ ਹੀ ਕੁਝ ਨਹੀਂ ਕਮਾਇਆ ਤੇ ਬਾਹਰੀ ਤੌਰ ਤੋਂ ਧਰਮੀ ਲਿਬਾਸ ਪਾ ਲਿਆ, ਪੰਜ ਕਕਾਰੀ ਵਰਦੀ ਪਾ ਲਈ ਤੇ ਆਪਣੇ ਆਪ ਨੂੰ ਕਹੀ ਜਾਣਾ ਖਾਲਸਾ, ਸਤਿਗੁਰੂ ਕਹਿੰਦੇ ਦੁਨੀਆਂ ਦੀਆਂ ਨਜ਼ਰਾਂ ਵਿੱਚ ਉਹ ਖਾਲਸਾ ਹੋ ਸਕਦਾ ਹੈ, ਦੁਨੀਆਂ ਦੀ ਨਜ਼ਰ ਵਿੱਚ ਉਹ ਸਿੱਖ ਹੋ ਸਕਦਾ ਹੈ, ਦੁਨੀਆਂ ਦੀ ਨਜ਼ਰ ਵਿੱਚ ਉਹਨੂੰ ਸਤਿਕਾਰ ਮਿਲ ਸਕਦਾ ਹੈ। ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਅਜਿਹੇ ਢੋਂਗੀ ਨੂੰ ਮੇਰੇ ਘਰ ਦੇ ਵਿੱਚ ਕੋਈ ਜਗ੍ਹਾ ਨਹੀਂ, ਜਿਹੜਾ ਪੰਜ ਕਕਾਰੀ ਵਰਦੀ ਪਾ ਕੇ ਅੰਦਰ ਦੀ ਰਹਿਤ ਨਹੀਂ ਰੱਖ ਸਕਿਆ, ਜਿਹਨੇ ਆਪਣੇ ਗਿਆਨ ਇੰਦਰੀ ਕਰਮ ਇੰਦਰੀ ਨਹੀਂ ਕਾਬੂ ਕਰ ਸਕਿਆ। ਸਤਿਗੁਰੂ ਜੀ ਕਹਿੰਦੇ ਮਤਾ ਸੋਚਿਓ ਮੇਰਾ ਸਿੱਖ ਹੈ, ਮਤਾ ਸੋਚਿਓ ਖਾਲਸਾ ਹੈ, ਉਹ ਢੋਂਗੀ ਤੇ ਹੋ ਸਕਦਾ ਹੈ, ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰਾ ਉਹ ਖਾਲਸਾ ਨਹੀਂ ਹੋ ਸਕਦਾ। ਹਾਂ, ਜਿਹਨੇ ਅੰਦਰੋਂ ਰਹਿਤ ਰੱਖੀ ਹੈ, ਜਿਹਨੇ ਅੰਦਰੋਂ ਆਪਣੇ ਆਪ ਨੂੰ ਤਿਆਰ ਵਰ ਤਿਆਰ ਕਰ ਲਿਆ ਹੈ, ਤੇ ਜਿਹਨੇ ਸਤਿਗੁਰੂ ਜੀ ਦੇ ਬਚਨਾਂ ਦੀ ਕਮਾਈ ਕੀਤੀ ਹੈ, ਗੁਰੂ ਗੋਬਿੰਦ ਸਿੰਘ ਕਹਿੰਦੇ ਹਨ ਉਹ ਮੇਰਾ ਗੁਰੂ ਹੈ ਤੇ ਮੈਂ ਉਹਦਾ ਚੇਲਾ, ਕਿਉਂਕਿ ਉਹਨੇ ਕਮਾਈ ਕਰਕੇ ਗੁਰੂ ਦੀ ਪਦਵੀ ਪ੍ਰਾਪਤ ਕਰ ਲਈ ਹੈ। ਪਰ ਜਿਹਨੇ ਕਮਾਈ ਨਹੀਂ ਕੀਤੀ ਉਹਦੇ ਵਾਸਤੇ ਸਤਿਗੁਰੂ ਕਹਿੰਦੇ ਮੇਰੀ ਪਿੱਠ ਹੈ, ਉਹ ਜਿੰਨਾ ਮਰਜ਼ੀ ਢੋਂਗ ਕਰੀ ਜਾਵੇ ਉਹਦਾ ਢੋਂਗ ਦੁਨੀਆਂ ਦੀਆਂ ਨਜ਼ਰਾਂ ਵਿੱਚ ਚੱਲ ਜਾਵੇਗਾ, ਪਰ ਮੇਰੀਆਂ ਨਜ਼ਰਾਂ ਵਿੱਚ ਨਹੀਂ ਚੱਲੇਗਾ, ਕਿਉਂਕਿ ਗੁਰੂ ਜਿਹੜਾ ਹੈ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਦੁਨੀਆਂ ਤੋਂ ਛੁਪਾ ਸਕਦੇ ਆ ਕਿ ਮੇਰੇ ਅੰਦਰ ਕਿੱਦਾਂ ਦਾ ਵੈਰ ਭਾਵਨਾ ਹੈ, ਮੇਰਾ ਅੰਦਰ ਦਾ ਜੀਵਨ ਕਿੱਦਾਂ ਦਾ ਹੈ, ਬਾਹਰ ਦਾ ਜੀਵਨ ਕਿੱਦਾਂ ਦਾ। ਦੁਨੀਆਂ ਤੋਂ ਆਪਾਂ ਨਕਾ ਸਕਦੇ ਹਾਂ ਪਰ ਗੁਰੂ ਤੋਂ ਆਪਾਂ ਨਹੀਂ ਨਕਾ ਸਕਦੇ, ਕਿਉਂਕਿ ਗੁਰੂ ਨੂੰ ਹਰੇਕ ਮਨੁੱਖ ਦੇ ਅੰਦਰ ਦੇ ਕੱਲੇ ਕੱਲੇ ਫੁਰਨੇ ਦਾ ਪਤਾ ਹੈ ਕਿ ਕਿਹੜੇ ਸਿੱਖ ਦੇ ਅੰਦਰ ਕਿਹੜੇ ਮਨੁੱਖ ਦੇ ਅੰਦਰ ਕਿਹੋ ਜਿਹਾ ਫੁਰਨਾ ਚੱਲ ਰਿਹਾ ਹੈ, ਕਿਹੋ ਜਿਹੀ ਬਿਰਤੀ ਲੈ ਕੇ ਆਪਣਾ ਜੀਵਨ ਗੁਜ਼ਾਰ ਰਿਹਾ ਹੈ, ਕਿੱਦਾਂ ਦਾ ਅੰਦਰ ਦਾ ਜੀਵਨ ਹੈ, ਇਸ ਬਾਰੇ ਗੁਰੂ ਨੂੰ ਹਰੇਕ ਮਨੁੱਖ ਦੇ ਬਾਰੇ ਪਤਾ ਹੈ, ਹਰੇਕ ਸਿੱਖ ਦੇ ਬਾਰੇ ਪਤਾ ਹੈ। ਤੇ ਸਤਿਗੁਰੂ ਕਹਿੰਦੇ ਹਨ ਜਿਹੜਾ ਅਸਲ ਵਿੱਚ ਅੰਦਰੋਂ ਜੀਵਨ ਦਾ ਪੱਕਾ ਹੋ ਗਿਆ ਉਹ ਮੇਰਾ ਖਾਲਸਾ ਹੈ, ਉਹ ਮੇਰਾ ਸਿੱਖ ਹੈ, ਤੇ ਜਿਹੜਾ ਅੰਦਰੋਂ ਨਹੀਂ ਪੱਕਾ ਹੋਇਆ ਬਾਹਰੀ ਤੌਰ ਤੇ ਦਾਵਾ ਕਰੀ ਜਾਵੇ ਉਹ ਨਾ ਤਾਂ ਮੇਰਾ ਸਿੱਖ ਹੈ ਤੇ ਨਾ ਮੇਰਾ ਉਹ ਖਾਲਸਾ ਹੈ, ਕਿਉਂਕਿ ਮੇਰਾ ਖਾਲਸਾ ਉਹ ਹੈ ਜਿਹਨੇ ਅੰਦਰੋਂ ਕਮਾਈ ਕਰਕੇ, ਜਿਹਨੇ ਵਰਦੀ ਦੀ ਕਮਾਈ ਨੂੰ ਪੰਜ ਕਕਾਰਾਂ ਦੇ ਅਰਥਾਂ ਨੂੰ ਸਮਝ ਕੇ ਆਪਣੇ ਹਿਰਦੇ ਘਰ ਦੇ ਵਿੱਚ ਕਮਾਇਆ ਹੈ, ਕਿਉਂਕਿ ਇੱਕ ਬਚਨ ਬਾਣੀ ਵਿੱਚ ਆਉਂਦਾ ਹੈ ਭਾਵੇਂ ਉਹ ਗੱਲ ਸਤਿਗੁਰੂ ਜੀ ਨੇ ਹਿੰਦੂ ਧਰਮ ਦੀ ਕੀਤੀ ਹੈ, ਕਿਉਂਕਿ ਹਿੰਦੂ ਧਰਮ ਵਿੱਚ ਜਨੇਊ ਪਾਇਆ ਜਾਂਦਾ ਹੈ ਪਰ ਕਕਾਰ ਆਪਾਂ ਵੀ ਪਾਉਂਦੇ ਹਾਂ, ਤੇ ਸਤਿਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਥੇ ਜਨੇਊ ਦੇ ਅਰਥ ਸਮਝਾਏ ਹਨ, ਪੰਡਿਤ ਜੀ ਦਇਆ ਕਪਾ ਸੰਤੋਖ ਸੋਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਾ, ਤੇ ਉੱਥੇ ਸਰੀਰ ਦਾ ਜਨੇਊ ਨਹੀਂ ਕਿਹਾ ਉੱਥੇ ਜੀ ਕਾ ਕਿਹਾ, ਕਿਉਂਕਿ ਜੀ ਤੋਂ ਪਾਵੇ ਆਤਮਾ ਦਾ ਜਨੇਊ, ਜਿਹੜਾ ਆਤਮਾ ਦੇ ਨਾਲ ਜਨੇਊ ਨਿਭਣ ਵਾਲਾ ਦਇਆ ਸੰਤੋਖ ਕਰੈਕਟਰ, ਇਸੇ ਤਰੀਕੇ ਨਾਲ ਸਾਡੇ ਪੰਜ ਕਕਾਰਾਂ ਦੇ ਅਰਥ ਹਨ, ਜਿਹੜੇ ਅਰਥ ਜਿਹੜੇ ਸਾਡੀ ਆਤਮਾ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਾਸ ਲਿਖੇ ਜਾਣਗੇ, ਕਿਉਂਕਿ ਬਾਹਰੀ ਤੌਰ ਤੇ ਪੰਜ ਕਕਾਰ ਇਹ ਖਰੀਦੇ ਜਾਣੇ ਹਨ, ਟੁੱਟ ਜਾਣੇ ਹਨ, ਭੱਜ ਜਾਣੇ ਹਨ, ਤੇ ਸੰਸਕਾਰ ਵੇਲੇ ਇਹਨਾਂ ਦਾ ਵੀ ਸੰਸਕਾਰ ਹੋ ਜਾਣਾ, ਪਾਣੀ ਵਿੱਚ ਵਹਾ ਦਿੱਤੇ ਜਾਣੇ ਹਨ, ਪਰ ਇਹਨਾਂ ਪੰਜਾਂ ਕਕਾਰਾਂ ਦੇ ਜੋ ਅਰਥ ਕਮਾ ਲਵੇਗਾ ਉਹ ਅਰਥ ਸਾਡੀ ਆਤਮਾ ਦੇ ਨਾਲ ਜੀ ਦੇ ਨਾਲ ਪ੍ਰਮਾਤਮਾ ਦੇ ਘਰ ਵਿੱਚ ਜਾਣਗੇ। ਭਾਈ ਰਤਨ ਸਿੰਘ ਜੀ ਕਹਿੰਦੇ ਜਿਹਨੇ ਇਹਨਾਂ ਅਰਥਾਂ ਨੂੰ ਕਮਾਇਆ ਅਸਲ ਖਾਲਸਾ ਸੂ ਰਹਿਓ, ਉਹ ਖਾਲਸਾ ਰਹਿ ਗਿਆ, ਤੇ ਜਿਹਨੇ ਅਰਥਾਂ ਨੂੰ ਕਮਾਇਆ ਨਹੀਂ, ਸਿਰਫ ਵਰਦੀ ਪਾ ਕੇ ਨਾਰੇ ਲਾਈ ਗਿਆ, ਜਕਾਰੇ ਛੱਡੀ ਗਿਆ, ਦਾਵਾ ਕਰੀ ਗਿਆ, ਉਹ ਸਾਰੇ ਦਾ ਸਾਰਾ ਖਾਲਸਾ ਭੱਜ ਆਇਆ ਤੇ ਅਸਲ ਖਾਲਸਾ ਉੱਥੇ ਰਹਿ ਗਿਆ। ਭਾਈ ਰਤਨ ਸਿੰਘ ਜੀ ਅਗਲੇਰੇ ਪ੍ਰਸੰਗ ਨੂੰ ਕਿਵੇਂ ਕਲਮਬੰਦ ਕਰਦੇ ਹਨ ਉਹ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ 'ਚ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋਈਆਂ ਨੇ, ਗੁਰੂ ਅਤੇ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।